ਸ਼੍ਰੀ ਅਨੰਦਪੁਰ ਸਾਹਿਬ ਦੇ ਪਿੰਡ ਅਗਮਪੁਰ ਵਿੱਚ ਸਥਿਤ ਗੁਰਦੁਆਰਾ ਮਾਤਾ ਜੀਤੋ ਜੀ ਸੰਗਤ ਦੀ ਸ਼ਰਧਾ ਦਾ ਕੇਂਦਰ ਬਿੰਦੂ ਬਣਿਆ ਹੋਇਆ ਹੈ। ਪਿੰਡ ਵਿੱਚ ਕੋਈ ਵੀ ਚੰਗਾ ਕੰਮ ਕਰਨ ਤੋਂ ਪਹਿਲਾਂ ਪਿੰਡ ਵਾਲੇ ਇਸ ਥਾਂ 'ਤੇ ਆ ਕੇ ਜ਼ਰੂਰ ਮੱਥਾ ਟੇਕਦੇ ਹਨ। ਗੁਰੂ ਕੀ ਨਗਰੀ ਸ਼੍ਰੀ ਅਨੰਦਪੁਰ ਸਾਹਿਬ ਤੋਂ ਸਿਰਫ 2 ਕਿਲੋਮੀਟਰ ਦੂਰ ਸ਼੍ਰੀ ਅਨੰਦਪੁਰ ਸਾਹਿਬ ਗੜਸ਼ੰਕਰ ਰੋਡ 'ਤੇ ਸਥਿਤ ਗੁਰਦੁਆਰਾ ਮਾਤਾ ਜੀਤੋ ਜੀ ਸੰਗਤ ਦੀ ਸ਼ਰਧਾ ਦਾ ਪ੍ਰਤੀਕ ਹੈ। ਜਾਣਕਾਰਾਂ ਦੀ ਮੰਨੀਏ ਤਾਂ ਗੁਰੂ ਗੋਬਿੰਦ ਸਿੰਘ ਜੀ ਦੀ ਸੁਪਤਨੀ ਮਾਤਾ ਜੀਤੋ ਜੀ ਦਾ ਦਿਹਾਂਤ 5 ਦਸੰਬਰ 1700 ਵਿੱਚ ਹੋਇਆ ਸੀ ਅਤੇ ਇਸ ਥਾਂ 'ਤੇ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ ਸੀ। ਅੱਜ ਇਸ ਸਥਾਨ 'ਤੇ ਖੂਬਸੂਰਤ ਗੁਰਦੁਆਰਾ ਉਹਨਾਂ ਦੇ ਨਾਂ 'ਤੇ ਬਣਿਆ ਹੋਇਆ ਹੈ। ਮੰਨਿਆ ਜਾਂਦਾ ਹੈ ਕਿ ਇਸ ਪਿੰਡ ਵਿੱਚ ਕੋਈ ਵੀ ਸ਼ੁਭ ਕੰਮ ਕਰਨ ਤੋਂ ਪਹਿਲਾਂ ਹਰ ਭਾਈਚਾਰੇ ਨਾਲ ਸੰਬੰਧਿਤ ਪਿੰਡ ਵਾਸੀ ਇਸ ਗੁਰਦੁਆਰਾ ਸਾਹਿਬ ਵਿੱਚ ਆ ਕੇ ਆਸ਼ੀਰਵਾਦ ਲੈਂਦੇ ਹਨ। ਲੋਕਾਂ ਦੀ ਮੰਨੀਏ ਤਾਂ ਇਸ ਥਾਂ 'ਤੇ ਸੱਚੇ ਮਨੋਂ ਕੀਤੀ ਗਈ ਹਰ ਮਨੋਕਾਮਨਾ ਪੂਰੀ ਹੁੰਦੀ ਹੈ। ਇੱਥੇ ਆਉਣ ਵਾਲੇ ਸੰਗਤ ਲਈ ਚਾਹ ਪਕੌੜਿਆਂ ਤੋਂ ਇਲਾਵਾ ਪ੍ਰਸ਼ਾਦੇ ਤੇ ਲੰਗਰ ਦੀ ਵਿਵਸਥਾ ਹਰ ਸਮੇਂ ਰਹਿੰਦੀ ਹੈ। ਮੇਰਾ ਨਾਮ ਬਲਦੇਵ ਸਿੰਘ ਹੈ ਜੀ। ਇਹ ਗੁਰਦੁਆਰਾ ਮਾਤਾ ਅਜੀਤ ਕੌਰ ਜੀ, ਮੈਂ ਇੱਥੇ ਦਾ ਗ੍ਰੰਥੀ ਸਿੰਘ ਹੈ ਜੀ। ਇਸ ਗੁਰਦੁਆਰੇ ਦਾ ਇਤਿਹਾਸ ਮਾਤਾ ਅਜੀਤ ਕੌਰ ਜੀ ਦਾ 5 ਦਸੰਬਰ 1700 ਨੂੰ ਦਿਹਾਂਤ ਹੋਇਆ ਸੀ। ਇੱਥੇ ਉਹਨਾਂ ਦਾ ਸੰਸਕਾਰ ਕੀਤਾ ਗਿਆ ਸੀ, ਜੋ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਮਹਿਲ ਸਨ। 3 ਮਹਿਲ ਸਨ, ਮਾਤਾ ਅਜੀਤ ਕੌਰ ਜੀ, ਮਾਤਾ ਸੁੰਦਰੀ ਜੀ ਦੇ ਅਤੇ ਮਾਤਾ ਸਾਹਿਬ ਕੌਰ ਜੀ। ਮਾਤਾ ਅਜੀਤ ਕੌਰ ਜੀ ਦੇ 3 ਸਾਹਿਬਜ਼ਾਦੇ ਸਨ, ਸਾਹਿਬਜ਼ਾਦਾ ਜ਼ੋਰਾਵਰ ਸਿੰਘ, ਫਤਿਹ ਸਿੰਘ ਅਤੇ ਜੁਝਾਰ ਸਿੰਘ, ਅਤੇ ਸਭ ਤੋਂ ਵੱਡੇ ਜੋ ਅਜੀਤ ਸਿੰਘ ਜੀ, ਉਹ ਮਾਤਾ ਸੁੰਦਰੀ ਜੀ ਦੇ ਕੁੱਖੋਂ ਹੋਏ ਸਨ। ਇਹ ਗੁਰਦੁਆਰਾ ਸ੍ਰੀ ਅਨੰਦਪੁਰ ਸਾਹਿਬ ਕੇਸਗੜ੍ਹ ਸਾਹਿਬ ਤੋਂ 2 ਕਿਲੋਮੀਟਰ ਦੂਰੀ 'ਤੇ ਹੈ। ਅਗਮਪੁਰ ਪਿੰਡ ਵਿਖੇ ਵਸਿਆ ਹੋਇਆ ਹੈ। ਇਸ ਵਿੱਚ ਅੰਮ੍ਰਿਤ ਵੇਲੇ ਦੇ ਦੀਵਾਨ ਸਾਜੇ ਹਨ, 5 ਬਾਣੀਆਂ ਦਾ ਨਿਤਨੇਮ ਹੁੰਦਾ ਹੈ, ਉਪਰੰਤ ਸ੍ਰੀ ਆਸਾ ਜੀ ਪਿਵਾਰ ਕੇ ਸ਼ਬਦ ਕੀਰਤਨ ਹੁੰਦੇ ਹਨ। ਸ਼ਾਮ ਵੇਲੇ ਫਿਰ ਸੂਰਜ ਗ੍ਰੰਥ ਸਾਹਿਬ ਦੀ ਕਥਾ ਹੁੰਦੀ ਹੈ, ਉਪਰੰਤ ਸੋਦਰ ਦੀ ਸ਼ਬਦ ਚੌਂਕੀ ਅਤੇ ਰਹਿਰਾਜ ਸਾਹਿਬ ਜੀ ਦੇ ਪਾਠ ਹੁੰਦੇ ਹਨ। ਇਸ ਗੁਰਦੁਆਰਾ ਸਾਹਿਬ ਦੀ ਬਹੁਤ ਮਾਨਤਾ ਹੈ। ਜੋ ਵੀ ਇੱਥੇ ਰਾਜਪੂਤ ਜਾਂ ਸਿੱਖ ਆਮ ਰਹਿੰਦੇ ਹਨ, ਉਹ ਜੋ ਵੀ ਕਾਰਜ ਆਰੰਭ ਕਰਦੇ ਹਨ, ਪਹਿਲਾਂ ਮਾਤਾ ਜੀ ਦਾ ਵੋਟ ਆਸਰਾ ਲੈਂਦੇ ਹਨ, ਗੁਰੂ ਗੋਬਿੰਦ ਸਿੰਘ ਜੀ ਤੋਂ, ਗੁਰੂ ਗ੍ਰੰਥ ਸਾਹਿਬ ਜੀ ਤੋਂ, ਅਤੇ ਫਿਰ ਆਪਣਾ ਕੋਈ ਕਾਰਜ ਆਰੰਭ ਕਰਦੇ ਹਨ ਅਤੇ ਸਾਰੇ ਹੀ ਕਾਰਜ ਸੰਪੂਰਨ ਹੁੰਦੇ ਹਨ। ਇਸ ਕਰਕੇ ਇਸ ਗੁਰਦੁਆਰੇ ਸਾਹਿਬ ਦੀ ਬਹੁਤ ਮਾਨਤਾ ਹੈ। ਇੰਨੀਆਂ ਕੁ ਗੱਲਾਂ ਬਾਤਾਂ ਕਰਦੇ ਹੋਏ ਸਿਮਾਂ ਦਾ ਆਜ਼ਾਦ ਹੈ।